ਟਰਬਨ ਟਰੈਵਲਰ ਦੀ ਸਪਿਰਚੁਅਲ ਜਰਨੀ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਅਸੀਂ ਇਸ ਵਕਤ ਖਲੋਤੇ ਹਾਂ ਥਰਾਂਗ ਵਿੱਚ, ਜਿਹੜਾ ਕਿ ਬੌਮਡੀਲਾ ਤੋਂ ਤਕਰੀਬਨ 50-60 ਕਿਲੋਮੀਟਰ ਪਹਿਲੇ ਹੈਗਾ। ਕੱਲ੍ਹ ਅਸੀਂ ਜਾਣਾ ਸੀ ਬੌਮਡੀਲਾ, ਰਾਤੀ ਉੱਥੇ ਰੁਕਣਾ ਸੀ, ਲੇਕਿਨ ਮਜਬੂਰਨ ਸਾਨੂੰ ਥਰਾਂਗ ਰੁਕਣਾ ਪਿਆ ਕਿਉਂਕਿ ਰਸਤਾ ਇਤਨਾ ਜ਼ਿਆਦਾ ਖਰਾਬ ਸੀਗਾ, ਇਤਨਾ ਜ਼ਿਆਦਾ ਫੌਗੀ ਸੀ, ਕੁਛ ਵੀ ਨਜ਼ਰ ਨਹੀਂ ਆ ਰਿਹਾ ਸੀਗਾ। ਅਤੇ ਮੈਨੂੰ ਇਹੀ ਸੇਫ ਲੱਗਿਆ ਕਿ ਰਾਤੀ ਅਸੀਂ ਇੱਥੇ ਰੁਕ ਜਾਈਏ। ਅਸੀਂ ਰਾਤੀ ਇੱਥੇ ਰੁਕੇ, ਹੁਣ ਅਸੀਂ ਚਾਲੇ ਪਾਉਣ ਵਾਸਤੇ ਤਿਆਰ ਹੈਗੇ ਹਾਂ ਤੇਜ਼ਪੁਰ ਤੋਂ ਮਚੂਕਾ ਜਾਣ ਵਾਸਤੇ। ਮਚੂਕਾ ਦਾ ਰਸਤਾ ਤੋਂ ਕਾਫੀ ਲੰਬਾ ਹੈ, GPS ਦੇ ਹਿਸਾਬ ਨਾਲ ਘੱਟ ਤੋਂ ਘੱਟ 28 ਘੰਟੇ ਲੱਗਣਗੇ। ਅਸੀਂ ਰੁਕਦੇ ਰੁਕਾਉਂਦੇ ਜਾਵਾਂਗੇ। ਇੱਥੋਂ ਮਚੂਕਾ ਤੱਕ ਜਾਣ ਦੇ ਰਸਤੇ ਵਿੱਚ ਕੋਈ ਹੋਰ ਗੁਰਦੁਆਰਾ ਸਾਹਿਬ ਨਹੀਂ ਹੈਗਾ, ਇਸ ਕਰਕੇ ਅਸੀਂ ਤੁਹਾਨੂੰ ਰਸਤੇ ਵਿੱਚ ਆਪਣੇ ਐਕਸਪੀਰੀਅੰਸ ਸ਼ੇਅਰ ਕਰਾਂਗੇ, ਨਾਲ ਆਸਾਮ ਅਤੇ ਅਰੁਣਾਚਲ ਦੇ ਨਾਲ ਸੰਬੰਧਿਤ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਸਾਖੀਆਂ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ, ਤਾਂ ਕਿ ਤੁਹਾਨੂੰ ਅੰਦਾਜ਼ਾ ਹੋਵੇ ਕਿ ਇਸ ਥਾਂ 'ਤੇ ਆ ਕੇ ਮਹਾਰਾਜ ਨੇ ਕਿਹੜੇ ਬੱਚੇ ਨੂੰ ਚਾਰੇ ਸੀਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਸਾਡਾ ਪ੍ਰੋਗਰਾਮ ਦ ਸਪਿਰਚੁਅਲ ਜਰਨੀ ਆਫ ਟਰਬਨ ਟਰੈਵਲਰ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮਾ ਤਾ ਪਰੇ ਜਾ ਮੁਰਦਾਰ ਨਾ ਖਾਏ, ਗੱਲੀ ਪਿਸਤ ਨਾ ਜਾਈਏ ਛੁੱਟੇ ਸੱਚ ਕਮਾਏ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੁੜੀ ਕੂੜੋ ਪੱਲੇ ਪਾਏ ਕੂੜੋ। ਕਦੀ ਕਦੀ ਰਸਤੇ ਵਿੱਚ ਚਲਦੇ ਚਲਦੇ ਤੁਹਾਨੂੰ ਬਹੁਤ ਸਾਰੀ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਪਹਿਲੇ ਨਹੀਂ ਪਤਾ ਹੁੰਦੀਆਂ ਉਹ ਲੱਭ ਜਾਂਦੀਆਂ ਨੇ। ਠੀਕ ਸਾਡੇ ਨਾਲ ਵੀ ਅੱਜ ਇਸ ਤਰ੍ਹਾਂ ਹੋਇਆ, ਅਸੀਂ ਤਾਂ ਦਿਹਾਂਗ ਤੋਂ ਚੜ੍ਹਨ ਲੱਗੇ ਅਤੇ ਜਿਸ ਹੋਟਲ 'ਤੇ ਠਹਿਰੇ ਸੀਗੇ ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਸੀਂ ਕੌਣ ਹੋ, ਕਿੱਥੇ ਆਏ ਹੋ, ਅਤੇ ਅਸੀਂ ਉਹਨਾਂ ਨੂੰ ਜੋ ਦੱਸਿਆ ਤਾਂ ਕਹਿੰਦੇ ਨੇ ਕਿ ਤੁਸੀਂ ਇੰਨੀ ਦੂਰ ਆਏ ਹੋ ਅਤੇ ਇੱਥੇ ਇੱਕ ਬਹੁਤ ਪੁਰਾਣਾ ਵਿਲੇਜ ਹੈਗਾ, ਯੂ ਮਸਟ ਗੋ ਦੇਅਰ। ਅਤੇ ਸਾਨੂੰ ਪਤਾ ਲੱਗਿਆ ਕਿ ਇੱਥੋਂ ਤਕਰੀਬਨ ਥਰਾਂਗ ਸ਼ਹਿਰ ਤੋਂ ਕੋਈ 17 ਕਿਲੋਮੀਟਰ ਦੂਰ ਅਤੇ 10 ਕਿਲੋਮੀਟਰ ਉੱਤੇ ਚੜ੍ਹਾਈ ਚੜ੍ਹ ਕੇ ਉੱਥੇ ਇੱਕ ਵਿਲੇਜ ਹੈ ਜਿਹਨੂੰ ਥੈਂਬਾਂਗ ਕਹਿੰਦੇ ਨੇ। ਥੈਂਬਾਂਗ ਜਿਹੜਾ ਹੈਗਾ ਉਹ 1st AD ਤੋਂ ਵੀ ਪਹਿਲੇ ਬਣਿਆ, ਮਤਲਬ ਪਹਿਲੀ ਸ਼ਤਾਬਦੀ ਤੋਂ ਵੀ ਪੁਰਾਣਾ ਵਿਲੇਜ। ਹੁਣ ਇੰਨੀ ਇੰਪੋਰਟੈਂਟ ਜਗ੍ਹਾ ਹੋਵੇ ਅਤੇ ਅਸੀਂ ਇੰਨੇ ਨੇੜੇ ਹੋਈਏ ਅਤੇ ਨਾ ਜਾਈਏ ਤਾਂ ਫਿਰ ਮਜ਼ਾ ਨਹੀਂ ਆਉਂਦਾ, ਇਸ ਕਰਕੇ ਅਸੀਂ ਥੋੜ੍ਹਾ ਜਿਹਾ ਡਿਟੂਰ ਕਰ ਲਿਆ। ਹੁਣ ਅਸੀਂ ਜਾ ਰਹੇ ਹਾਂ ਥੈਂਬਾਂਗ ਵਿਲੇਜ, ਜਿਹੜਾ ਕਿ ਕਾਫੀ ਪੁਰਾਣਾ ਮੰਨਿਆ ਜਾਂਦਾ ਹੈਗਾ, ਤੇ ਉੱਥੇ ਜਾ ਕੇ ਦੇਖਦੇ ਹਾਂ ਉੱਥੇ ਦਾ ਇਤਿਹਾਸ ਕੀ ਹੈ। ਜੇ ਸੋਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅਧਾਰ ਇਤੇ। 10 ਕਿਲੋਮੀਟਰ ਦੀ ਐਡਵੈਂਚਰਸ ਅਤੇ ਖੂਬਸੂਰਤ ਡਰਾਈਵ ਤੋਂ ਬਾਅਦ ਹੁਣ ਅਸੀਂ ਪਹੁੰਚ ਗਏ ਹਾਂ ਥੈਂਬਾਂਗ ਵਿਲੇਜ, ਜਿਹੜਾ ਕਿ ਅਰੁਣਾਚਲ ਪ੍ਰਦੇਸ਼ ਵਿੱਚ ਹੈਗਾ। ਅਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਉਹਦਾ ਸਟਰਕਚਰ, 1st AD ਦਾ ਬਣਿਆ ਹੋਇਆ ਹੈ ਵਿਲੇਜ, ਬਹੁਤ ਹੀ ਇੰਟਰਸਟਿੰਗ ਹੋਏਗਾ। ਆਈ ਐਮ ਵੈਰੀ ਐਕਸਾਈਟਡ ਟੂ ਸੀ ਇਟ। ਆਓ ਤੁਸੀਂ ਵੀ ਮੇਰੇ ਨਾਲ ਚਲੋ। ਜਿਸ ਜਗ੍ਹਾ 'ਤੇ ਅਸੀਂ ਇਸ ਵਕਤ ਖਲੋਤੇ ਹੈਗੇ ਹਾਂ ਇਹਨੂੰ ਕਹਿੰਦੇ ਨੇ ਥੈਂਬਾਂਗ ਵਿਲੇਜ। ਇਹ ਕਾਫੀ ਏਸ਼ੀਅੰਟ ਵਿਲੇਜ ਹੈ, ਬਹੁਤ ਹੀ ਪੁਰਾਣਾ ਹੈ ਅਤੇ ਯੂਨੈਸਕੋ ਦੀ ਸਰਟੀਫਾਈਡ ਸਾਈਟਸ ਵਿੱਚੋਂ ਇੱਕ ਹੈਗਾ। ਧਿਰਾਂਗ ਤੋਂ ਤਕਰੀਬਨ 15 ਕਿਲੋਮੀਟਰ ਦੂਰ ਉੱਤੇ ਪਹਾੜੀ 'ਤੇ ਬਣਿਆ ਹੋਇਆ ਵਿਲੇਜ। ਇਹਨੂੰ ਕਿਸੇ ਵਕਤ ਵਿੱਚ ਯੋਚੂ ਪਰਮਾ ਚੈਨ ਦੇ ਨਾਂ 'ਤੇ ਵੀ ਜਾਣਿਆ ਜਾਂਦਾ ਸੀਗਾ। ਯਾਚੂ ਪਰਮਾ ਚੈਨ ਦਾ ਮਤਲਬ ਹੁੰਦਾ ਹੈ ਲੋਟਸ ਲਾਈਕ ਵਿਲੇਜ। ਥੈਂਬਾਂਗ ਵਿਲੇਜ ਜਾਂ ਇਹਨੂੰ ਥੈਂਬਾਂਗ ਜ਼ੋਂਗ ਵੀ ਕਿਹਾ ਜਾਂਦਾ ਹੈਗਾ, ਜ਼ੋਂਗ ਦਾ ਮਤਲਬ ਕਿਲ੍ਹਾ ਹੁੰਦਾ ਹੈ। ਇੱਥੇ ਦੇ ਲੋਕਲ ਲੋਕ ਇਸ ਕਿਲ੍ਹੇ ਦਾ ਇਤਿਹਾਸ ਕੁਝ ਇਸ ਪ੍ਰਕਾਰ ਦੱਸਦੇ ਨੇ ਕਿ ਰਾਜਾ ਦੀ ਮੌਤ ਤੋਂ ਬਾਅਦ ਉਹਦਾ ਜਿਹੜਾ ਰਾਜ ਸਿੰਘਾਸਨ ਸੀ ਉਹ ਬੱਚਿਆਂ ਨੂੰ ਮਿਲਦਾ ਸੀ। ਇੱਥੇ ਦਾ ਜਿਹੜਾ ਪੁਰਾਤਨ ਰਾਜਾ ਸੀ ਉਹਦੀ ਮ੍ਰਿਤੂ ਉਪਰੰਤ ਉਹਦਾ ਰਾਜ ਸਿੰਘਾਸਨ ਉਹਨਾਂ ਦੇ ਦੋ ਪੁੱਤਰਾਂ ਨੂੰ ਮਿਲਿਆ। ਪੁੱਤਰਾਂ ਨੂੰ ਇੱਥੇ ਦੀ ਜਿਹੜੀ ਲੋਕਲ ਜ਼ਬਾਨ ਸੀ ਜਿਹਨੂੰ ਬੋਡੋ ਕਹਿੰਦੇ ਨੇ ਉਹ ਆਉਂਦੀ ਨਹੀਂ ਸੀ, ਅਤੇ ਉਹਨਾਂ ਦੇ ਜਿਹੜਾ ਚਾਚਾ ਸੀ ਉਹੀ ਟੈਕਸ ਕਲੈਕਸ਼ਨ ਕਰਦਾ ਸੀਗਾ, ਜਿਹੜਾ ਰਾਜ ਕਰ ਜਿਹੜਾ ਹੁੰਦਾ ਹੈ ਉਹ ਵਸੂਲ ਕਰਦਾ ਸੀ ਜਨਤਾ ਤੋਂ, ਅਤੇ ਉਹਨੂੰ ਉੱਥੇ ਦੀ ਜ਼ਬਾਨ ਆਉਂਦੀ ਸੀ। ਇਹਨਾਂ ਦੇ ਦੁਸ਼ਮਣਾਂ ਨੇ ਇਹਨ ਬੱਚਿਆਂ ਨੂੰ
ਆਪਣੇ ਚਾਚਾ ਦੇ ਖਿਲਾਫ ਭੜਕਾ ਦਿੱਤਾ। ਭੜਕਾਉਣ ਉਪਰੰਤ ਇਹਨਾਂ ਨੇ ਆਪਣੇ ਚਾਚਾ ਨੂੰ ਮਾਰ ਕੇ ਉੱਥੇ ਗੱਡ ਦਿੱਤਾ। ਉਸ ਤੋਂ ਬਾਅਦ ਇਹਨਾਂ ਵਾਸਤੇ ਵੀ ਪ੍ਰੋਬਲਮ ਖਤਮ ਨਹੀਂ ਹੋਈ, ਕਿਉਂਕਿ ਜਿਸ ਵਕਤ ਇਹ ਰਾਜ ਕਰ ਵਸੂਲ ਕਰਨ ਵਾਸਤੇ ਜਨਤਾ ਦੇ ਕੋਲ ਗਏ, ਐਸਾ ਲੋਕ ਕਹਿੰਦੇ ਨੇ, ਇੱਕ ਰਾਜਕੁਮਾਰ ਨੇ ਆਪਣੀ ਤਲਵਾਰ ਕੱਢੀ ਅਤੇ ਉਹ ਜ਼ਮੀਨ 'ਤੇ ਕੁਛ ਲਿਖ ਰਿਹਾ ਸੀਗਾ ਸਮਝਾਉਣ ਲਈ ਉੱਥੇ ਦੀ ਲੋਕਲ ਜਨਤਾ ਨੂੰ। ਜਨਤਾ ਨੇ ਇਹ ਸਮਝਿਆ ਕਿ ਇਹ ਸਾਡੇ 'ਤੇ ਉੱਤੇ ਕਾਲਾ ਜਾਦੂ ਜਾਂ ਇਸ ਤਰ੍ਹਾਂ ਦਾ ਕੋਈ ਤੰਤਰ ਬੰਦ ਕਰ ਰਹੇ ਨੇ। ਰਾਤ ਵੇਲੇ ਜਿਸ ਵਕਤ ਉਹ ਦੋਨੋਂ ਰਾਜਕੁਮਾਰ ਸੁੱਤੇ, ਉੱਥੇ ਦੇ ਪਿੰਡ ਵਾਲਿਆਂ ਨੇ ਇਹਨਾਂ ਦੋਨਾਂ ਨੂੰ ਵੀ ਮਾਰ ਦਿੱਤਾ। ਐਸਾ ਕਿਹਾ ਜਾਂਦਾ ਹੈ ਕਿ ਇਸ ਵਿਲੇਜ ਦੇ ਜਾਂ ਜ਼ੋਂਗ ਦੇ ਦੋ ਦਰਵਾਜ਼ੇ ਨੇ ਅਤੇ ਦੋਨਾਂ ਦਰਵਾਜ਼ਿਆਂ ਦੇ ਥੱਲੇ ਕਾਫੀ ਸਾਰੇ ਲੋਕਾਂ ਦੇ ਸਿਰ ਇੱਥੇ ਦਬੇ ਹੋਏ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਭੂਟਾਨ ਦੇ ਰਾਜਾ ਦਾ ਵੀ ਸਿਰ ਇਸ ਕਿਲ੍ਹੇ ਦੀ ਦਰਵਾਜ਼ੇ ਦੇ ਥੱਲੇ ਦਬਿਆ ਹੋਇਆ। ਇਹ ਵਿਲੇਜ ਕਾਫੀ ਪੁਰਾਤਨ ਸਥਾਨਾਂ ਵਿੱਚੋਂ ਗਿਣਿਆ ਜਾਂਦਾ ਹੈ ਅਤੇ ਇਹਦੇ ਪੁਰਾਤਨ ਹੋਣ ਦਾ ਇਤਿਹਾਸ ਤੁਸੀਂ ਅੱਜ ਵੀ ਇੱਥੇ ਦੇ ਜਿਹੜੇ ਸਟਰਕਚਰਸ ਨੇ, ਇੱਥੇ ਮਕਾਨ ਨੇ, ਉਹਨਾਂ 'ਚ ਦੇਖ ਸਕਦੇ ਹੈਗੇ ਹੋ। ਇਸ ਪਿੰਡ 'ਚ ਜਿੰਨੇ ਵੀ ਲੋਕ ਰਹਿੰਦੇ ਨੇ, ਤਕਰੀਬਨ 100-125 ਲੋਕ ਇਸ ਪਿੰਡ 'ਚ ਰਹਿੰਦੇ ਨੇ ਅੱਜ ਵੀ, ਅਤੇ ਅੱਜ ਵੀ ਉਹ ਲੱਕੜੀ ਕੱਟ ਕੇ ਅਤੇ ਇਸ ਤਰ੍ਹਾਂ ਦੇ ਛੋਟੇ ਮੋਟੇ ਕੰਮ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਨੇ। ਇਹਦੇ ਪੁਰਾਣੇ ਹੋਣ ਦਾ ਅੰਦਾਜ਼ਾ ਅੱਜ ਵੀ ਤੁਸੀਂ ਇੱਥੇ ਦੀ ਬਿਲਡਿੰਗਾਂ ਨੂੰ ਦੇਖ ਕੇ ਲਗਾ ਸਕਦੇ ਹੈ। ਕਿਉਂ ਇਸ ਵਿਲੇਜ ਦੇ ਜਿੰਨੇ ਵੀ ਮਕਾਨ ਨੇ, ਜਿੰਨੇ ਵੀ ਸਟਰਕਚਰ ਨੇ, ਉਹਨਾਂ ਵਿੱਚ ਕਿਸੇ ਵੀ ਸੀਮੈਂਟ ਦਾ ਇਸਤੇਮਾਲ ਨਹੀਂ ਹੋਇਆ। ਇਹ ਮਿੱਟੀ ਅਤੇ ਚੂਨੇ ਦੀ ਬਣਾਈ ਹੋਈ ਦੀਵਾਰਾਂ ਇੰਨੀ ਮਜ਼ਬੂਤ ਨੇ ਅਤੇ ਅੱਜ ਵੀ ਉਸੇ ਤਰੀਕੇ ਨਾਲ ਖੜ੍ਹੀਆਂ ਹੋਈਆਂ ਨੇ ਜਿੰਨੇ ਕਿ ਸੈਕੜੋ ਸਾਲ ਪਹਿਲੇ ਸੀਗੀਆਂ। ਗਵਾਹੀ ਦਿੰਦਾ ਆ ਪਾਣੀ ਰਾਵੀ ਦਾ ਗਵਾਹੀ ਦਿੰਦਾ ਆ ਕਿੰਨਾ ਸਿੱਧਕ ਸੇਵਾ ਵਿੱਚ ਬਲ ਪਿਆ ਲੈ ਨਾਲ ਪਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਲੈ ਨਾਲ ਪਾਈ ਮਰਦਾਨਾ। ਤੁਸੀਂ ਹੈਰਾਨ ਹੋਵੋਗੇ ਕਿ ਹਮੇਸ਼ਾ ਤੁਸੀਂ ਸਾਈਨ ਬੋਰਡ ਜਿਹੜੇ ਵੇਖੇ ਹੋਣਗੇ, ਉਹ ਸਾਡੀ ਗੱਡੀ ਜਾ ਰਹੀ ਹੋਏਗੀ ਤਾਂ ਤੁਹਾਨੂੰ ਸਾਈਨ ਬੋਰਡ ਨਜ਼ਰ ਆਏ ਹੋਣਗੇ। ਅੱਜ ਐਸੀ ਕਿਹੜੀ ਖਾਸ ਚੀਜ਼ ਹੈਗੀ ਕਿ ਮੈਂ ਖੜ੍ਹੇ ਹੋ ਕੇ ਸਾਈਨ ਬੋਰਡ ਦੇ ਸਾਹਮਣੇ ਤੁਹਾਨੂੰ ਸਾਈਨ ਬੋਰਡ ਦੇ ਬਾਰੇ ਦੱਸ ਰਿਹਾ ਹੈਗਾ। ਖਾਸ ਗੱਲ ਇਹ ਹੈਗੀ ਕਿ ਜਦ ਤੁਸੀਂ ਬੋਮਡੀਲਾ ਤੋਂ ਤੇਜਪੁਰ ਜਾਂਦੇ ਹੈਗੇ ਹੋ ਤਾਂ ਜਿਸ ਰਸਤੇ 'ਤੇ ਮੈਂ ਇਸ ਵਕਤ ਖਲੋਤਾ, ਮੇਰੇ ਪਿੱਛੇ ਜਿਹੜੀ ਸੜਕ ਜਾ ਰਹੀ ਹੈਗੀ, ਉੱਥੋਂ ਤੇਜਪੁਰ ਹੈਗਾ ਤਕਰੀਬਨ 4 ਘੰਟੇ, 141 ਕਿਲੋਮੀਟਰ। ਲੇਕਿਨ ਅਸੀਂ ਇਸ ਰਸਤੇ 'ਤੇ ਨਹੀਂ ਜਾ ਰਹੇ ਕਿਉਂਕਿ ਇਹ ਰਸਤਾ ਜਿਹੜਾ ਹੈਗਾ ਬੰਦ ਹੈ, ਇਹ ਖਰਾਬ ਹੈ, ਅਸੀਂ ਸੜਕ ਚੌੜੀ ਹੋ ਰਹੀ ਹੈ, 4 ਲੇਨ ਬਣ ਰਿਹਾ ਅਤੇ ਬੰਦ ਕੀਤਾ ਹੋਇਆ। ਇਸ ਕਰਕੇ ਸਾਨੂੰ ਡਿਟੂਰ ਕਰਨਾ ਪਏਗਾ ਅਤੇ ਹੁਣ ਸਾਨੂੰ ਜਿਹੜਾ ਬ੍ਰਿਜ ਹੈਗਾ ਰਾਈਟ ਸਾਈਡ 'ਤੇ ਮੇਰੇ, ਇੱਥੋਂ ਹੋ ਕੇ ਜਾਵਾਂਗੇ ਜਿਹੜਾ ਕਿ 7 ਘੰਟੇ ਦਾ ਰਸਤਾ ਹੈ, ਮੀਨਸ 3 ਘੰਟੇ ਐਕਸਟਰਾ ਸਾਨੂੰ ਲੱਗਣਗੇ। ਅਤੇ ਇਹ ਰਸਤਾ ਹੈ ਜਿਹੜਾ ਸਾਫ਼ ਹੈ ਅਤੇ ਖੁੱਲ੍ਹਿਆ ਹੋਇਆ ਹੈ, ਅਤੇ ਜਿਹੜੇ ਵੀ ਦਰਸ਼ਕ ਇਸ ਪਾਸੇ ਟਰੈਵਲ ਕਰ ਰਹੇ ਹੋਣ ਜਾਂ ਆਉਣਾ ਚਾਹੁੰਦੇ ਹੋਣ, ਸੋ ਦਿਸ ਇਜ਼ ਇਨਫੋਰਮੇਸ਼ਨ ਫੋਰ ਦੈਮ ਕਿ ਜਿਸ ਵਕਤ ਤੁਸੀਂ ਤੇਜਪੁਰ ਤੋਂ ਅਗਰ ਤੁਸੀਂ ਜਾਂਦੇ ਹੋ ਤਵਾਂਗ, ਅਤੇ ਬੋਮਡੀਲਾ ਇੱਕ ਪੁਆਇੰਟ ਹੈਗਾ, ਬੋਮਡੀਲਾ ਤੱਕ ਆਉਣ ਜਿੱਥੇ ਨੋਰਮਲੀ 4 ਘੰਟੇ ਲੱਗਦੇ ਨੇ, ਇਸ ਰਸਤੇ ਤੋਂ 7 ਘੰਟੇ ਲੱਗਦੇ ਨੇ। ਸੋ ਅਸੀਂ ਹੁਣ ਦੂਜਾ ਰਸਤਾ ਲਵਾਂਗੇ ਜਿਹੜਾ ਕਿ ਲੰਬਾ ਹੈ ਲੇਕਿਨ ਸਾਫ਼ ਹੈ। ਆਓ ਤੁਸੀਂ ਵੀ ਦੇਖੋ ਉਹ ਰਸਤਾ ਕਿਸ ਤਰ੍ਹਾਂ ਹੈ। ਲੈ ਨਾਲ ਪਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਲੈ ਨਾਲ ਪਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ ਲੈ ਨਾਲ ਪਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ। ਦੇਖਦੇ ਰਹੋ ਸਾਡੇ ਨਾਲ ਤੁਸੀਂ ਟਰਬਨ ਟਰੈਵਲਰ, ਅਤੇ ਬਣੇ ਰਹੋ ਇਸ ਤਰ੍ਹਾਂ ਦੇ ਹੋਰ ਬੜੇ ਇਤਿਹਾਸਿਕ ਸਥਲ, ਉਹਨਾਂ ਦੇ ਦਰਸ਼ਨ ਅਸੀਂ ਤੁਹਾਨੂੰ ਅੱਗੇ ਵੀ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੱਡੀ ਨਾ ਕਦੇ ਮੇਰੀ ਬਾਂ ਬਾਬਾ ਨਾਨਕਾ ਬਖਸ਼ ਦੇਵੀ ਮੇਰੇ ਬਖਸ਼ ਦੇਵੀ ਮੇਰੇ ਬਖਸ਼ ਦੇਵੀ ਮੇਰੇ ਤੂੰ ਗੁਨਾ ਬਾਬਾ ਨਾਨਕਾ ਛੱਡੀ ਨਾ ਕਦੇ ਮੇਰੀ ਬਾਂ
ਬਾਬਾ ਨਾਨਕਾ।